ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਤੇ ਅੱਜ ਆਪਾਂ ਪਹੁੰਚੇ ਹਾਂ ਤਲਵੰਡੀ ਸਾਬੋ ਭਰਾ ਮੇਰੋ। ਹਰ ਬੁੱਧਵਾਰ ਮੇਲਾ ਲੱਗਦਾ ਤੇ ਸ਼ਰਮੇ ਨਾਲ ਥੋੜੀ ਕਰਾਉਂਦੇ ਗੱਲਬਾਤ ਤੇ ਬਹੁਤ ਸੋਹਣੇ ਟਰੈਕਟਰ ਬਾਈ ਕੋਲ ਸਟੈਂਡਰਡ 855 35 ਵਾਲਾ ਸੋਨਾਲੀਕਾ ਤੇ ਇੱਧਰ ਤੇ ਸੋਨਾਲੀਕਾ ਪ੍ਰੀਤ ਬਹੁਤ ਸੋਹਣੇ ਟਰੈਕਟਰ ਤੇ ਸ਼ਰਮੇ ਨਾਲ ਥੋੜੀ ਕਰਾਉਂਦੇ ਗੱਲਬਾਤ। ਸ਼ਰਮਾ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ। ਬਹੁਤ ਵਧੀਆ ਪੁੰਦਰ, ਹੋ ਠੀਕ ਆ? ਵਧੀਆ ਵਧੀਆ। ਤੇ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਹੋ ਠੀਕ ਠਾਕ ਹੋ ਬਾਈ ਜੀ? ਮਹਾਰਾਜ ਸੱਚੇ ਪਾਤਸ਼ਾਹ ਬਾਈ ਜੀ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ। ਤੇ ਅੱਜ ਬੁੱਧਵਾਰ ਤਲਵੰਡੀ ਸਾਹਿਬ ਮੰਡੀ ਲੱਗੀ ਹੈ ਬਾਈ, ਤੇ ਅੱਜ ਕੋਸ਼ਿਸ਼ ਕਰਾਂਗੇ ਬਾਈ ਜਾਇਜ਼ ਜਾਂ ਰੇਟ ਦੱਸਣ ਦੀ ਤੁਹਾਨੂੰ। ਤੇ ਬਾਈ ਦੇ ਟਰੈਕਟਰ ਹੋਣਗੇ ਤੇ ਲੋਨ ਫੈਂਸ ਵੀ ਕਰਵਾ ਦਿੰਦੇ ਆ, ਪੁਰਾਣਾ ਵੀ ਕੱਟ ਲੈਂਦੇ ਆ। ਸ਼ਾਇਦ ਤੁਹਾਨੂੰ ਪਤਾ ਹੋਵੇ ਬਾਈ ਚਾਰੇ ਪਾਸੋਂ ਦਿਖਾ ਦੇ, ਠੀਕ ਹੈ? ਪਿਛਲੇ ਟਾਇਰ ਤਾਂ ਜਮਾ ਹੀ ਨਵੇਂ ਪਾਈ ਫਿਰਦਾ ਬਾਈ, ਜਮਾ ਨਵੇਂ ਬਿੱਲ ਮਿਲੂਗਾ ਜੀ, ਬਿੱਲ ਮਿਲੂਗਾ। 14 ਵਾਲੇ ਟਾਇਰ ਆ ਪਿਛਲੇ, ਕਲੌਕ ਕਰ ਹੀ ਜਣਾ ਬਾਈ? ਨਾ ਕਲੌਕ ਕਰ ਨਹੀਂ ਸਕਦਾ ਜੀ। ਠੀਕ ਹੈ ਜੀ। ਤੇ ਸਾਰਾ ਓਰੀਜਨਲ ਬਾਈ, ਕੋਕਾ ਪੀਸ ਵੀ ਟੈਕਸ ਆ। ਤੇ ਮੂਹਰਲੇ ਟਾਇਰ ਤਾਂ ਹੈਗੇ ਬਾਈ 80-85 ਪੈਸੇ ਮੂਹਰਲੇ ਟਾਇਰ ਆ। ਤੇ ਨੰਬਰ ਕਿੱਥੋਂ ਦਾ ਬਾਈ? ਨੰਬਰ ਹਰਿਆਣੇ ਦਾ। ਨੰਬਰ ਹਰਿਆਣਾ ਬਾਈ। ਐਨਓਸੀ ਮਿਲ ਜੂ ਜੀ? ਐਨਓਸੀ ਮਿਲ ਜੂ, ਜੋ ਫੈਂਸ ਵੀ ਹੋ ਜੂ ਪੁਰਾਣਾ ਦੀ। ਹਾਂ ਫੈਂਸ ਵੀ। 470 ਡਿਮਾਂਡ ਆ ਕਿੰਨੇ ਦਾ? ਤੇ 4.5 ਲੱਖ ਦਾ ਰੇਟ ਦੇ ਦੇ। 40,000 ਦਾ ਨਾ ਕਹਿਣਾ ਬਾਈ। ਨਹੀਂ ਸ਼ਰਮਾ ਤੱਕ ਆ ਯਾਰ, 14 ਮਾਡਲ ਰੇਟ ਕਾਪੀ 15 ਦੀ ਹੈ ਰੇਟ। ਮੁੜ ਕੇ ਨਹੀਂ ਘਟਾਉਂਦੇ ਜੀ, ਜੇ ਸਾਡੀ ਵੀਡੀਓ ਕੋਈ ਦੇਖ ਕੇ ਆ ਜਾਓ। ਤੁਹਾਡੀ ਵੀਡੀਓ ਦੇ ਅੱਗੇ 5,000 ਮਾਨ ਕਰ ਦਿਆਂਗੇ ਬਸ। 45,000 ਦਾ ਲੈ ਲਿਓ, ਬਾਕੀ ਮੌਕਾ ਦੇ। ਬਾਕੀ ਤੁਹਾਨੂੰ ਪਤਾ ਹੀ ਸਾਡਾ ਤੇ ਬਾਈ ਤੋਂ ਟਰੈਕਟਰ ਇਹ ਨਹੀਂ ਹੈਗਾ ਬਾਈ ਕੋਈ ਰੰਗ ਹੋਇਆ ਹੋਊ ਜਾਂ ਪੇਂਟ ਹੋਇਆ ਹੋਊਗਾ, ਸਾਰੇ ਓਰੀਜਨਲ ਟਰੈਕਟਰ ਹੀ ਮਿਲਣਗੇ ਤੁਹਾਨੂੰ। ਕੋਈ ਤੁੱਥ ਮੁੱਥ ਵਾਲਾ ਕੰਮ ਜਾਂ ਨਹੀਂ ਹੈਗਾ ਬਾਈ। ਉਸ ਤੋਂ ਬਾਅਦ ਹੈਗਾ ਸਟੈਂਡਰਡ 335, 2004 ਮਾਡਲ ਆ। 4 ਮਾਡਲ ਆ ਬਾਈ, ਆਸ਼ੇ ਟਰੈਕਟਰ ਦੇ ਮੁੱਲ ਦਾ ਟਰੈਕਟਰ ਮਿਲੂ ਤੁਹਾਨੂੰ, ਠੀਕ ਹੈ? ਸਾਰਾ ਓਰੀਜਨਲ ਆ। ਪਿਛਲੇ ਟਾਇਰ ਹੈਗਾ ਬਾਈ 70-80 ਪੈਸੇ, ਹਨਾ ਬਾਈ? ਹੈਗੇ ਜੀ, ਆਰਾਮ ਨਾਲ ਹੈਗੇ। ਮੂਹਰਲੇ ਬਾਈ ਸਾਰਾ ਪੈਸੇ ਆ, ਸਾਰਾ ਓਰੀਜਨਲ ਸੋਹਣਾ ਟਰੈਕਟਰ ਆ ਬਾਈ, ਠੀਕ ਹੈ? ਗੱਲ 3 ਸਿਲੰਡਰ ਦੇ ਵਿੱਚ ਆ, 7-6 ਸਟੀਅਰਿੰਗ ਆ ਬਾਈ, ਡੰਡਾ ਫੱਟੀ ਛਤਰੀ ਨਾਲ ਆ, ਪੁਰਾਣਾ ਕੱਟਿਆ ਜਾਊਗਾ, ਲੋਨ ਫੈਂਸ ਹੋਣਾ ਨਹੀਂ। ਹਾਂ ਲੋਨ ਫੈਂਸ ਨਹੀਂ ਹੋਣਾ, ਨਹੀਂ ਹੁੰਦਾ। ਤੇ 2004 ਮਾਡਲ ਆ ਵੀਰੇ, 1,95,000 ਲਿਖੀ ਬੈਠਾ। ਕਿੰਨੇ ਦਾ ਇਹਦੇ ਨੇ? 1,75,000 ਦਾ। ਮੈਂ ਤਾਂ 65,000 ਨੂੰ ਕਹਿਣ ਦੀ ਕਰਦਾ, 735 ਨਹੀਂ ਦਿੰਦਾ ਜੀ ਕੋਈ ਟਰੈਕਟਰ। ਨਹੀਂ ਦਿੰਦਾ, ਨਹੀਂ ਦਿੰਦਾ, ਆਸ਼ਾ ਨਹੀਂ ਦਿੰਦਾ ਕੋਈ ਇਹਨੇ ਦਾ। ਹਾਂ ਇਹ ਤਾਂ ਮੈਨੂੰ ਵੀ ਪਤਾ। ਇਹਦਾ 3 ਸਾਲ ਟਰੈਕਟਰ ਆ ਜੀ, ਕਿੰਨਾ ਤਗੜਾ ਰੇਟ ਕਹਿੰਦਾ? 65,000 ਕਹਿੰਦਾ। 70,000 ਦਾ ਦੇ ਦੇ। ਲੈ ਬਾਈ ਜੀ, ਇਹ ਕਿਹੜਾ ਨਾਮ ਹੋਣਾ ਬਾਈ? ਹਰਿਆਣਾ ਨੰਬਰ ਹੈ, ਨਾਂ ਨਹੀਂ ਹੁੰਦਾ, ਐਪੀਐਡ ਤੇ ਚੱਲੂਗਾ ਇਹ ਹਰਿਆਣਾ ਨੰਬਰ। ਸਾਰਾ ਓਰੀਜਨਲ ਟਰੈਕਟਰ ਜੀ। ਉਸ ਤੋਂ ਬਾਅਦ ਦੇ ਵਿੱਚ ਆ ਗਿਆ ਬਾਈ ਜੀ 70,000 ਦਾ ਜੀ, 35 ਵਾਲਾ ਸੋਨਾਲੀਕਾ ਆ ਗਿਆ ਬਾਈ। ਇਹ ਤੇ ਲੋਨ ਫੈਂਸ ਹੋ ਜੂ, ਪੁਰਾਣਾ ਕੱਟਿਆ ਜਾਊ, ਸੰਗਰੂਰ ਦਾ ਨੰਬਰ ਆ, ਟਾਇਰ ਟੱਪਾ ਚੰਗਾ ਪਾਈ ਫਿਰਦਾ ਬਾਈ, ਡਬਲ ਕਲਚ ਆ ਰਿਹਾ ਜੀ, ਠੀਕ ਹੈ? ਗੱਲ ਕੋਈ ਫੁੱਦੂ ਜੇ ਟਾਇਰ ਨਹੀਂ ਹੈ ਕਿ ਬਾਈ, ਚਾਰੇ ਟਾਇਰ ਗੁੜੀਅਰ ਦੇ ਆ, ਸਾਈਡ ਗੇਅਰ ਆ, ਡਬਲ ਕਲਚ ਆ ਵੀ, ਡਬਲ ਕਲਚ ਆ, ਪੰਜਾਬ ਨੰਬਰ ਦੇ ਵਿੱਚ ਆ, ਸਾਰਾ ਓਰੀਜਨਲ ਆ ਬਾਈ। ਤੇ ਡੰਡਾ ਫੱਟੀ ਛਤਰੀ ਨਾਲ ਸਾਰਾ ਕੁਝ ਮਿਲੂਗਾ ਜੀ, ਠੀਕ ਹੈ? 39 ਪੈਸਟੀ ਵਾਲਾ ਟਰੈਕਟਰ ਆ ਵੀਰੇ ਬਾਈ ਜੀ, 3,15,000 ਲਿਖੀ ਬੈਠਾ। ਕਿੰਨੇ ਦਾ ਇਹ ਪ੍ਰੋਟੈਕਟਰ? 3 ਲੱਖ ਦਾ ਦੇ ਦੇ। ਮੈਂ ਤਾਂ ਦੂਆ ਪਾਉਂਗਾ ਬਾਈ ਮੂਰੇ, ਮੈਂ ਤਾਂ ਦੂਆ ਪਾਉਂਗਾ। ਦੂਆ ਕਿਵੇਂ ਜੀ? 2,90,000 ਕਹਿੰਦਾ ਬਾਈ, ਦੇ ਦੇਵਾਂਗੇ ਜੀ। ਕਿਆ ਬਾਈ ਯਾਰ, ਚੱਕ ਬਾਈ, ਇਹ ਜੇ ਯਾਰ ਚਾਹੀਦੇ ਆਪਾਂ ਨੂੰ। ਉਸ ਤੋਂ ਬਾਅਦ ਹੈਗਾ ਜੀ 485 ਆਸ਼ਾ, ਇਹ ਬੜਾ ਇਹ ਬੜੀ ਤੱਕੜ ਚੀਜ਼ ਆ ਬਾਈ, ਬੜਾਇੰਚ ਵਾਲਾਂ ਦਾ ਬਾਈ, ਕੁਲਵਿੰਦਰ ਦਾ ਟਰੈਕਟਰ ਆ ਇਹ, ਲੋਨ ਫੈਂਸ ਹੋ ਜੂ, ਪੁਰਾਣਾ ਕੱਟਿਆ ਜਾਊਗਾ। ਤੇ ਬਾਈ ਕੁਲਵਿੰਦਰ ਕੋਲ ਬਾਈ ਟਰੈਕਟਰ ਆ, ਘਰੇ ਵੀ 30-35 ਹੁੰਦੇ ਆ, ਠੀਕ ਹੈ ਗੱਲ? 17 ਮਾਡਲ ਆ, 4,43,000 ਰੁਪਇਆ ਡਿਮਾਂਡ ਆ। ਇਹ ਟਰੈਕਟਰ ਦੇ ਜਾਣਗੇ ਮੇਰੇ ਹਿਸਾਬ ਨਾਲ 4,15,000 ਰੁਪਏ ਦਾ ਜੀ। 4,15,000 ਦਾ ਬਾਈ ਕੋਈ ਮਾੜਾ ਨਹੀਂ ਹੈਗਾ, 4.25 ਲੱਖ ਦਾ ਟਰੈਕਟਰ ਤੇ ਲੋਨ ਹੋ ਜੂ। ਹਾਂ ਹੋ ਜੂਗਾ ਜੀ, ਠੀਕ ਹੈ ਗੱਲ? ਉਸ ਤੋਂ ਬਾਅਦ ਆ ਗਿਆ ਜੀ 60 ਵਾਲਾ ਸੋਨਾਲੀਕਾ, ਸਾਰਾ ਓਰੀਜਨਲ ਆ ਬਾਈ ਟਰੈਕਟਰ, ਬਹੁਤ ਸੋਹਣਾ। ਪਾਵਰ ਸਟੀਅਰਿੰਗ ਵਾਲੇ ਜਿਹੜਾ, ਪਾਵਰ ਸਟੀਅਰਿੰਗ ਆ ਬਾਈ, ਮੂਹਰਲੇ ਨਾਟਕਰ ਵਾਲੇ ਟਾਇਰ ਹਨਾ, ਇਹ ਆਈ ਆ ਜੀ ਕੰਪਨੀ ਦੇ ਨਾਲ, ਕੰਪਨੀ ਵਾਲੇ 650 ਦਾ ਟਰੈਕਟਰ ਜੀ। ਪਿਛਲੇ 16 ਵਾਲੇ ਸੀਟ ਦੇ ਬਾਈ, ਅਗਲੇ ਗੁੜੀਅਰ ਦੇ, ਕੋਕਾ ਪੀਸ ਹੀ ਆ ਬਾਈ ਟਰੈਕਟਰ। ਜੇ ਕਿਸੇ ਨੇ ਘਰੇ ਰੱਖਣ ਵਾਸਤੇ ਲੈਣਾ ਹੋਵੇ ਤੇ ਨਜ਼ਾਰੇ ਲੈ ਲਓਗੇ ਬਾਈ, ਕਿ ਨਹੀਂ? ਹਰਿਆਣਾ ਨੰਬਰ ਆ ਜੀ ਇਹ, ਤੇ ਮੈਂ ਸੋਹਣਾ ਹੀ ਬੜਾ ਜਿਹਾ ਸਾਂਭ ਕੇ ਕਿਵੇਂ ਰੱਖਿਆ ਕਿਸੇ ਨੇ ਇਹ।
हाँ सोना बहुत रेट जी, सारा रीजनल रेट है, कल्ले मरियाड़ ना मिले। 2003 मॉडल है, 295 रेट। किन्ने का ये? 2,75,000 ਦੇ ਦੇ ਦੇ। 70,000 ਦਾ ਲੈ ਜਿਓ ਬਾਈ ਯਾਰ। ਬਾਈ ਕੁਛ ਕਹੀ ਜਾਵੇ ਵੱਡੇ ਭਾਈ ਤੇ ਜੋਰ ਆਪਾਂ ਨੂੰ। ਚਲੋ ਜੀ ਮੈਂ ਟਰੈਕਟਰ ਬਾਈ ਚਲਾ ਕੇ ਬਾਹ ਕੇ ਤਸੱਲੀ ਕਰਕੇ ਲੈ ਜਿਓ ਬਾਈ ਬੇਸ਼ੱਕ। ਤੇ ਇੰਨੇ ਦਾ ਕੋਈ ਤੁਹਾਨੂੰ ਐ ਕਹਦੇ ਨਾ ਪਿੰਡ ਚ ਕਿ ਬਾਈ 800 ਟਰੈਕਟਰ ਜੀ ਕਿ ਮਾੜਾ ਬਾਈ ਟਰੈਕਟਰ ਮਹਿੰਗਾ ਆਪਾਂ ਦੇਂਦਾ ਰਹਿੰਦਾ। ਉਦੋਂ ਬਾਅਦ ਆ ਗਿਆ ਪ੍ਰੀਤ। ਇਹ ਟਰੈਕਟਰ ਪ੍ਰੀਤ ਵੀ ਬਣਾਇਆ ਚਾਹ ਲੈਂਦਾ ਜੀ। ਇਹ ਵੀ ਬਾਈ ਕੁਲਵਿੰਦਰ ਦਾ ਟਰੈਕਟਰ ਆ ਬਾਈ ਦਾ, 2010 ਮਾਡਲ ਆ ਜੀ। ਟਾਇਰ ਹੈਗੇ ਆ ਬਾਈ ਮੂਹਰਲੇ 7,800 ਪੈਸੇ, ਪਿਛਲੇ ਹੈਗੇ ਆ ਬਾਈ ਅੱਧੇ ਕੁ ਹੋਣਗੇ, ਲਗਭਗ 45 ਪੈਸੇ ਕਹਿ ਲਓ, ਅੱਧੇ ਕਹਿ ਲਓ। ਡੰਡਾ ਫੱਟੀ ਛੱਤਰੀ ਸਭ ਕੁਛ ਨਾਲ ਆ ਤੇ ਸਾਰਾ ਓਰੀਜਨਲ ਆ। 2,65,000 ਲਿਖੀ ਬੈਠਿਆ ਬਾਈ, ਕਿੰਨੇ ਕੁ ਦਾ ਹੋਊ? 2,50,000 ਦਾ ਟਰੈਕਟਰ ਦੇਣਗੇ। 2,50,000 ਦਾ ਟਰੈਕਟਰ ਬਾਈ ਲੈ ਜਿਓ, ਠੀਕ ਹੈ। ਉਦੋਂ ਬਾਅਦ ਆ ਗਿਆ ਹਾਲੈਂਡ। ਬਠਿੰਡਾ ਨੰਬਰ ਆ ਬਾਈ, ਮੂਹਰਲੇ ਟਾਇਰ ਬਿਲਕੁਲ ਤਾਜੇ ਪਾਈ ਫਿਰਦਾ ਬਾਈ, ਪਿਛਲੇ ਹੈਗੇ 85 ਪੈਸੇ ਟਾਇਰ, ਪਹਿਲੇ ਮਾਲਕ ਦਾ ਸਾਰਾ ਓਰੀਜਨਲ ਆ, ਫਸਟ ਪਾਰਟੀ ਆ ਬਾਈ ਕਹਿੰਦਾ। 6,500 ਟਰੈਕਟਰ ਜੀ, 65 HP ਟਰੈਕਟਰ ਆ ਬਾਈ, ਨਜ਼ਾਰੇ ਲੈ ਲਓ। ਡਬਲ ਡਿਸਟ੍ਰੀਬਿਊਟਰ ਆ, 3-speed ਡਬਲ ਡਿਸਟ੍ਰੀਬਿਊਟਰ ਆ। 2010 ਮਾਡਲ ਆ, ਲੋਨ ਫਾਈਨਸ ਹੋ ਜੂ, ਪੁਰਾਣਾ ਕੱਟਿਆ ਜਾਊ ਤੇ 545 ਹੋ ਗਿਆ। ਕਿੰਨੇ ਦਾ? ਇਹ 5.25 ਲੱਖ ਦੇ ਦੇਣਗੇ। 9,15,000 ਨਹੀਂ, ਇਹ ਤਾਂ ਜਾਇਜ਼ ਹੀ ਹੈ ਜੀ। ਕਹਦੇ ਬੰਦੇ 20,000 ਦਾ ਦੇ ਦੇ ਹੈ? 5,20,000 20,000 ਦਾ ਲੈ ਜਿਓ ਵੀਰੇ, ਬਾਕੀ ਮੌਕਾ ਦੇਖਾਂਗੇ। ਵੀਡੀਓ ਨੂੰ ਕਰ ਦਿਓ ਦੱਬ ਕੇ ਲਾਈਕ, ਕਮੈਂਟ, ਸ਼ੇਅਰ, ਪੇਜ ਨੂੰ ਕਰ ਲਿਓ ਫੋਲੋ। ਓਏ ਸ਼ਰਮਾ ਤਲਵੰਡੀ ਸਾਬੋ ਵਾਲਾ ਤੇ ਭੁੱਲੋ ਤਲਵੰਡੀ ਸਾਬੋ ਵਾਲਾ, ਦੋਨੇ ਪੇਜਾਂ ਤੇ ਮੈਂ ਵੀਡੀਓ ਪਾਉਣਾ ਬਾਈ। ਬਹੁਤ ਬਹੁਤ ਮਿਹਰਬਾਨੀ ਬਾਈ, ਸਤਿ ਸ਼੍ਰੀ ਅਕਾਲ।